वाहिगुरु श्री गुरु नानक पद पंकज वंदन पद पंकज वंदन सिमरो अंगद दोख निकंद अमरदास गुर हृदय त्याम हृदय त्याम श्री गुरु रामदास गुण गाम श्री गुरु रामदास गुण गाम गुरु अर्जन विघ्नन के नाशक विघ्नन के नाशक गुरु हर गोविंद शुभ मत प्रकाश शुभ मत पर गुरु हर राय नमो कर जोरी नमो कर गुरु हर कृष्ण मनाए बहोरी मनाए तेग बहादुर परम केर पाला जी परम केर पा गुरु गोविंद सिंह विशाला गुरु गोविंद सिंह तरों तरा पुर पुन पुन सीसा जी पुन बंदों बार बार जगदीशा बंदों बार बार जगदीश श्री गुरु ग्रंथ साहिब पातशाह महाराज जी दी पावन पवित्र हजूरी अंदर श्री गुरु ग्रंथ साहिब महाराज जी दी पावन पवित्र हजूरी अंदर जुड़ बैठी गुरु प्यारी गुरु सवारी साध संगत जी आप जी जो श्री गुरु रामदास महाराज जी दे पावन जीवन दी गुरु अमरदास महाराज जी दे पावन जीवन दी कथा चल रही है उसनू श्रवण करन दे लई शाम दे दीवाना अंदर सत संगत अंदर जुड़ बैठे हो। कल आपने श्रवण किया सी श्री गुरु रामदास जी महाराज गुरु अमरदास महाराज के कहण दे अकबर के दरबार में जाते ने गुरु महाराज उन्होंने कहिंदे ने कई जात के अभिमानी लोगों वालों एक कूड़ प्रचार किया गया कि श्री गुरु रामदास जी महाराज गुरु अमरदास जी महाराज दुनिया के अंदर गलत प्रचार कर रहे हैं लोगों को गलत रास्ते ते चला रहे ने यह इल्जाम लग्या होया है। हुण गुरु महाराज जी साहब जी के कहने ते अकबर के दरबार में जान लगे हैं। आओ हुण जिवें अगे कथा चलती है बड़े प्रेम सत्कार नाल श्रवण करिए गुरु जी वल्लों बख्शे हुए गुरुमंत्र नाल सांझ करिए। सतनाम श्री वाहे सतनाम श्री वाहे गुरु शास्त्रां के करता जुए तुझ संग कहे सिमरत ना सोए जेड़े महाराज कहिंदे जदों तुसीं अपनी सज्जी बांह वल वेखोगे जिहड़े शास्त्रां दे करता ने जिहड़े अपने आप नूं हंकार दे विच इह समझदे ने साडे जिन्ना ज्ञान किसे दे कोल नहीं है वह भी तुहाडे सामने हाथ जोड़ के खलो जाणगे। इहो नर बकरण की क्या गिनती सर्ब सुरासुर कान्हे बिनती कहिंदे इहनां दी की गिणती है जिन्ने भी देवते ने दैंत ने वह सारे ये नाम के रंग अगे फिके पै जाएंगे क्योंकि साध संगत जी
ਜਦੋਂ ਪਰਮੇਸ਼ਰ ਦੀ ਮਿਹਰ ਹੁੰਦੀ ਹੈ, ਗੁਰੂ ਦੀ ਦਇਆ ਹੁੰਦੀ ਹੈ, ਗੁਰੂ ਮਨੁੱਖ ਨੂੰ ਪਰਮੇਸ਼ਰ ਦਾ ਨਾਮ ਬੜੀ ਉੱਚਾ ਮਨੁੱਖ ਨੂੰ ਲੈ ਜਾਂਦਾ ਹੈ। ਸਾਡੇ ਨੇੜੇ ਇੱਕ ਗੁਰਦੁਆਰਾ ਸਾਹਿਬ ਹੈ, ਪੰਜੋਖਰਾ ਸਾਹਿਬ। ਜਿਸ ਦਿਨ ਗੁਰੂ ਸਾਹਿਬ ਜੀ, ਜਦੋਂ ਉੱਥੋਂ ਦੇ ਇੱਕ ਪੰਡਿਤ ਨੇ ਇਹ ਸ਼ੰਕਾ ਕੀਤਾ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਆਖਿਆ, ਤੁਸੀਂ ਆਪਣਾ ਨਾਮ ਹਰਿਕ੍ਰਿਸ਼ਨ 'ਤੇ ਰੱਖ ਲਿਆ, ਇੱਕ ਤਾਂ ਕ੍ਰਿਸ਼ਨ ਜੀ ਹੋਏ ਨੇ, ਤੁਸੀਂ ਉਹਨਾਂ ਤੋਂ ਵੀ ਵੱਡਾ ਨਾਮ ਆਪਣਾ ਰੱਖਿਆ ਹਰਿਕ੍ਰਿਸ਼ਨ। ਕਹਿੰਦੇ, ਕੀ ਤੁਸੀਂ ਗੀਤਾ ਦੇ ਅਰਥ ਕਰ ਸਕਦੇ ਹੋ? ਗੁਰੂ ਮਹਾਰਾਜ ਜੀ ਉਮਰ ਵੀ 7-8 ਸਾਲ ਦੀ ਉਮਰ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ। ਮਹਾਰਾਜ ਜੀ ਕਹਿੰਦੇ ਨੇ, ਜੇ ਅਸੀਂ ਅਰਥ ਕਰ ਦਿੱਤੇ, ਤੁਸੀਂ ਸੋਚੋਗੇ ਸ਼ਾਇਦ ਸਾਨੂੰ ਗੁਰੂ ਸਾਹਿਬ ਨੇ ਪੜ੍ਹਾਏ ਹੋਣਗੇ, ਅਸੀਂ ਨਹੀਂ ਅਰਥ ਕਰਾਂਗੇ। ਤੁਸੀਂ ਜਾਓ ਇਹ ਪੰਜੋਖਰੇ ਪਿੰਡ ਦੇ ਵਿੱਚੋਂ, ਕੋਈ ਵੀ ਐਸਾ ਮਨੁੱਖ ਹੈ ਜਿਹੜਾ ਤੁਹਾਨੂੰ ਲੱਗੇ, ਉਹਨੂੰ ਲੈ ਆਓ, ਅਸੀਂ ਉਹ ਤੋਂ ਅਰਥ ਕਰਾ ਦਿਆਂਗੇ। ਹੁਣ ਜਿਹਦੇ ਕੋਲ ਮੱਤ ਹੁੰਦੀ ਹੈ, ਉਹ ਆਪਣੇ ਆਪ 'ਚ ਚਲਾਕ ਵੀ ਹੁੰਦਾ ਹੈ। ਉਹਨੇ ਚਲਾਕੀ ਵਿੱਚ ਆ ਕੇ ਛੱਜੂ ਝੀਵਰ ਨੂੰ ਲੈ ਕੇ ਆਉਂਦਾ, ਜਿਹੜਾ ਲੋਕਾਂ ਦਾ ਪਾਣੀ ਢੋਂਦਾ ਹੁੰਦਾ ਸੀ, ਜਿਹਦਾ ਕੰਮ ਹੀ ਪਾਣੀ ਢੋਣਾ ਸੀ। ਅਤੇ ਇਹ ਮੰਨਿਆ ਜਾਂਦਾ ਹੈ ਗੂੰਗਾ ਵੀ ਸੀ ਅਤੇ ਬਹਿਰਾ ਵੀ ਸੀ। ਉਹਨੂੰ ਲਿਆ ਕੇ ਮਹਾਰਾਜ ਜੀ ਦੇ ਕੋਲ ਵਾ ਦਿੱਤਾ, ਇਹ ਤੋਂ ਅਰਥ ਕਰਾਓ ਗੀਤਾ ਦੇ। ਗੁਰੂ ਮਹਾਰਾਜ ਜੀ ਨੇ ਹੱਥ ਵਿੱਚ ਛੜੀ ਫੜੀ ਹੋਈ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ, ਜਦੋਂ ਉਹ ਆਪਣੀ ਪਾਵਨ ਛੜੀ ਉਹਦੇ ਸਿਰ 'ਤੇ ਰੱਖੀ। ਕਵੀ ਸੰਤੋਖ ਸਿੰਘ ਜੀ ਨੇ ਉਹ ਅਰਥ ਵੀ ਲਿਖੇ ਨੇ, ਇੱਕ ਇੱਕ ਪੰਕਤੀ ਦੇ 7-7 ਅਰਥ ਉਹਨੇ ਗੀਤਾ ਦੇ ਕਰ ਦਿੱਤੇ। ਐਸੇ ਅਰਥ ਕੀਤੇ ਜਿਹੜੇ ਉਹਨਾਂ ਕਦੇ ਸੁਣੇ ਵੀ ਨਹੀਂ ਸੀ, ਕਿਤੋਂ ਪੜ੍ਹੇ ਵੀ ਨਹੀਂ ਸੀ। ਕਿਉਂਕਿ ਜਿੰਨੇ ਵੀ ਅਵਤਾਰੀ ਪੁਰਸ਼ ਆਏ ਨੇ, ਉਹਨਾਂ ਦੇ ਵਿੱਚ ਭੇਦ ਨਹੀਂ ਹੁੰਦਾ। ਜਿਹੜੇ ਅੱਗੇ ਉਹਨਾਂ ਦੇ ਪੈਰੋਕਾਰ ਹੁੰਦੇ ਨੇ, ਉਹ ਵਿਆਖਿਆ ਗਲਤ ਕਰ ਲੈਂਦੇ ਨੇ ਧਰਮ ਦੀ। ਕਿਸੇ ਵੀ ਧਰਮ ਦਾ ਉਪਦੇਸ਼ ਮਨੁੱਖ ਨੂੰ ਮਨੁੱਖ ਬਣਾਉਣ ਲਈ ਹੈ, ਇਹ ਤੋਂ ਵੱਧ ਹੋਰ ਕੁਛ ਵੀ ਨਹੀਂ। ਹਰੇਕ ਧਰਮ ਦਾ ਉਪਦੇਸ਼ ਮਨੁੱਖ ਦੇ ਬੰਧਨਾਂ ਨੂੰ ਤੋੜਨ ਲਈ ਹੈ, ਉਹਨੂੰ ਖੁਸ਼ ਕਰਨ ਲਈ ਹੈ। ਕਿਹੜਾ ਧਰਮ ਉਲਝਣਾਂ ਦੇ ਵਿੱਚ ਪਾਉਂਦਾ ਹੈ? ਜਿੰਨੇ ਵੀ ਰਾਸਤੇ ਬਣੇ ਨੇ, ਸਾਰੇ ਸਮੁੰਦਰ ਲਈ ਪਹੁੰਚਣ ਲਈ ਬਣੇ ਨੇ। ਜਿੰਨੀਆਂ ਵੀ ਨਦੀਆਂ ਚੱਲਦੀਆਂ ਨੇ ਹਿਮਾਲਿਆ ਤੋਂ, ਉਹਨਾਂ ਦੇ ਰੂਟ ਵੱਖੋ ਵੱਖਰੇ ਹੋ ਸਕਦੇ ਨੇ, ਉਹਨਾਂ ਦੇ ਰਾਹਾਂ ਦੇ ਵਿੱਚ ਵੱਖੋ ਵੱਖਰੀਆਂ ਔਕੜਾਂ ਵੀ ਹੋ ਸਕਦੀਆਂ ਨੇ, ਪਰ ਉਹਨਾਂ ਸਾਰਿਆਂ ਦਾ ਲਕਸ਼ ਇੱਕ ਹੈ। ਦੁਨੀਆਂ ਦੇ ਵਿੱਚ ਮਨੁੱਖ ਅੱਡ ਅੱਡ ਦੇਸ਼ਾਂ ਵਿੱਚ ਰਹਿ ਸਕਦੇ ਨੇ, ਅੱਡ ਅੱਡ ਜਾਤਾਂ ਦੇ ਵਿੱਚ ਰਹਿ ਸਕਦੇ ਨੇ, ਪਰ ਉਹਨਾਂ ਸਾਰਿਆਂ ਦੇ ਪ੍ਰਾਣਾਂ ਦੀ ਜਿਹੜੀ ਪਿਆਸ ਹੈ, ਉਹ ਸ਼ਾਂਤੀ ਹੈ ਹਰੇਕ ਮਨੁੱਖ ਦੇ। ਕਿਸੇ ਵੀ ਮਨੁੱਖ ਨੂੰ ਪੁੱਛ ਲਓ, ਕਿਸੇ ਵੀ ਧਰਮ ਤੋਂ ਜਾਤ ਤੋਂ ਸੰਬੰਧਿਤ ਹੋਏ, ਉਹ ਇੱਕ ਹੀ ਗੱਲ ਚਾਹੁੰਦਾ ਹੈ, ਮੈਂ ਕਿਤੇ ਸ਼ਾਂਤ ਹੋ ਜਾਵਾਂ। ਬਸ ਇਸ ਤੋਂ ਵੱਧ ਕੀ ਚਾਹੁੰਦਾ ਹੈ ਮਨੁੱਖ? ਹੁਣ ਇਹਦੇ ਵਿੱਚ ਕਿਉਂ ਮਨੁੱਖ ਦਾ ਜਿਹੜਾ ਅੰਦਰਲਾ ਸਟਰਕਚਰ ਹੈ ਉਹ ਇੱਕ ਜਿਹਾ ਜਿਹਾ ਹੈ, ਸਰੀਰ ਇੱਕ ਜਿਹਾ ਜਿਹਾ ਹੈ, ਸਰੀਰਾਂ ਵਿੱਚ ਕੋਈ ਫਰਕ ਨਹੀਂ ਹੈ, ਅੰਦਰ ਇਹ ਵੀ ਨਹੀਂ ਹੈ। ਮਹਾਰਾਜ ਤਾਂ ਇਹ ਕਹਿੰਦੇ ਨੇ, ਇੱਥੇ ਤਾਂ ਰੱਬ ਨੇ ਕੀੜੀਆਂ ਅਤੇ ਮਨੁੱਖਾਂ ਵਿੱਚ ਫਰਕ ਨਹੀਂ ਰੱਖਿਆ, ਜਿਹੜਾ ਜੀ ਕੀੜੀ 'ਚ ਹੈ ਉਹੀ ਮਨੁੱਖ 'ਚ ਹੈ। ਕੀਟ ਹਸਤ ਮੈਂ ਪੂਰ ਸਮਾਨੇ, ਇਹ ਨਹੀਂ ਹੈ। ਪਰਮਾਤਮਾ ਕੀੜੀ ਵਿੱਚ ਛੋਟਾ ਹੋ ਗਿਆ ਅਤੇ ਮਨੁੱਖ ਵਿੱਚ ਵੱਡਾ ਹੈ, ਉਹਦੇ ਵਿੱਚ ਵੀ ਹੈ, ਬਰਾਬਰ ਹੀ ਹੈ ਸਾਰਿਆਂ 'ਚ। ਇਸ ਕਰਕੇ ਮਹਾਰਾਜ ਜੀ ਨੇ ਉਸ ਗੂੰਗੇ ਅਤੇ ਬਹਿਰੇ ਤੋਂ ਅਰਥ ਕਰਾਏ ਗੀਤਾ ਦੇ। ਇਹ ਵੇਖ ਕੇ ਉਹ ਪੰਡਿਤ ਲਾਲ ਚੰਦ ਬੜਾ ਹੈਰਾਨ ਹੋਇਆ, ਕਿਉਂਕਿ ਉਹ ਆਪਣੀਆਂ ਸਿਆਣਪਾਂ ਤਾਂ ਹੀ ਖੜ੍ਹਾ ਸੀ, ਪਰ ਸਾਧ ਸੰਗਤ ਧਰਮ ਬੁੱਧੀ ਦਾ ਵਿਸ਼ਾ ਨਹੀਂ ਹੈ। ਜਿੱਥੇ ਮਤ ਰੁਕ ਜਾਂਦੀ ਹੈ, ਕਿਉਂਕਿ ਸਾਡੀ ਮਤ ਮਨੁੱਖ ਦੀ ਮਤ ਪਰਮਾਤਮਾ ਸਮੁੰਦਰ ਹੈ, ਇਹ ਤਾਂ ਬਾਟੇ ਦੇ ਸਮਾਨ ਹੈ, ਕਿੰਨਾ ਕੁ ਪਾ ਲਏਗਾ ਇਹਦੇ ਵਿੱਚ। ਉਹ ਅਨੰਤ ਹੈ, ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਕਿਸੇ ਨੇ ਪਾਇਆ। ਉਹਨੇ ਕਿਹੜੀ ਚੀਜ਼ ਕਿਸੇ ਨਾਲ ਕਿਉਂ ਕਰ ਰਿਹਾ ਇਹ ਕਿਸੇ ਨੂੰ ਨਹੀਂ ਪਤਾ।
मनुख दे नाल केड़ी केड़ी चीज क्यों रही है ये नहीं पता इनू, ये वही जानता है बस। आपां इवें सोच लईए दुनिया दे विच एक एक चीज सारे यूनिवर्स नाल कनैक्टिड है। जिवें अज आप जी इत्थे बैठे हो, जे इत्थे ना हुंदे किते होर हुंदे अज सारी दुनिया दा रंग कुछ होर होना सी। ਇਹ ਪਰਮਾਤਮਾ ਨੇ ਸਭ ਨੂੰ ਸੋਚੀ ਸਮਝੇ ਦੇ ਤਹਿਤ ਅਸੀਂ ਇੱਥੇ ਬੈਠੇ ਹਾਂ ਉਹਦੀ ਕਿਰਪਾ ਨਾਲ। ਕਿਰਪਾ ਦਾ ਮਤਲਬ ਉਹਦੇ ਅਨੁਸਾਰ, ਉਹਦੀ ਸਮਝ ਦੇ ਅਨੁਸਾਰ ਉਹ ਲੈ ਕੇ ਆਇਆ ਤਾਂ ਬੈਠੇ ਹਾਂ। ਜੇ ਉਹ ਨਾ ਚਾਹੇ ਫਿਰ ਇੱਥੇ ਕੋਈ ਬੈਠ ਨਹੀਂ ਸਕਦਾ, ਉਹਦੀ ਮਰਜ਼ੀ ਹੈ। ਕਿਸੇ ਨੂੰ ਬਿਠਾਉਂਦਾ, ਕਿਸੇ ਨੂੰ ਲੈ ਵੀ ਜਾਂਦਾ ਹੈ, ਕਿਸੇ ਨੂੰ ਚੰਗਿਆਂ ਵੱਲ ਲਾਇਆ, ਕਿਸੇ ਨੂੰ ਮਾੜਿਆਂ ਵੱਲ ਲਾਇਆ, ਇਹ ਉਹਦੀ ਮਰਜ਼ੀ ਹੈ। ਇਸ ਕਰਕੇ ਵਾਰ ਵਾਰ ਗੁਰੂ ਨਾਨਕ ਸਾਹਿਬ ਗੁਰਬਾਣੀ ਵਿੱਚ ਕਹਿੰਦੇ ਨੇ, ਜੇ ਤੂੰ ਉਹਦੇ ਤੋਂ ਕੁਛ ਲੈਣਾ ਹੈ ਫਿਰ ਉਹਦੇ ਅੱਗੇ ਬੇਨਤੀ ਕਰ, ਅਰਦਾਸ ਕਰ, ਜੋਦੜੀ ਕਰ, ਮਿੰਨਤ ਕਰ, ਜੇ ਕਿਤੇ ਉਹ ਖੁਸ਼ ਹੋ ਜਾਏ। ਉਹ ਬਾਹਰ ਦਾ ਵਿਸ਼ਾ ਨਹੀਂ ਹੈ, ਅੰਦਰ ਹੀ ਹੈ, ਅੰਦਰ ਹੀ ਬੇਨਤੀ ਹੈ, ਅੰਦਰ ਹੀ ਵਿਸ਼ਵਾਸ ਹੈ, ਸਭ ਕੁਛ ਅੰਦਰ ਹੀ ਹੈ। ਨਾਨਕ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਪੁਲਾਹੀ, ਜਿਹੜਾ ਬਾਹਰ ਲੱਭਦਾ ਉਹ ਭਰਮ ਵਿੱਚ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜਾ ਕੇ ਉਹਦੇ ਦਰਬਾਰ ਵਿੱਚ ਹੁਣ ਖਲੋਣ ਲੱਗੇ ਨੇ ਅਤੇ ਮਹਾਰਾਜ ਜੀ ਇਹ ਵਰਦੇ ਰਹੇ ਨੇ, ਕਹਿੰਦੇ ਤੁਸੀਂ ਸਿਰਫ ਜਾ ਕੇ ਉੱਥੇ ਕੁਛ ਨਹੀਂ ਕਰਨਾ, ਸਿਰਫ ਗੁਰੂ ਦਾ ਧਿਆਨ ਧਰਨਾ, ਨਾਮ ਤੁਸੀਂ ਜਪਿਆ। ਵੈਸੇ ਤਾਂ ਗੁਰੂ ਰਾਮਦਾਸ ਜੀ ਸੇਵਾ ਇੰਨੀ ਕੀਤੀ, ਨਾਮ ਇੰਨਾ ਜਪਿਆ, ਕਿਉਂਕਿ ਜਦੋਂ ਨਾਮ ਮਨੁੱਖ ਜਪਦਾ ਹੈ ਸਾਰੇ ਵੇਦਾਂ ਸ਼ਾਸਤਰਾਂ ਦਾ ਗਿਆਨ ਉਹਨੂੰ ਆਪਣਾ ਆਪ ਹੀ ਹੋ ਜਾਂਦਾ ਹੈ। ਵੀ ਜਿਵੇਂ ਬੁੱਧੀ ਨਿਰਮਲ ਹੋਈ, ਗਿਆਨ ਅੰਦਰ ਹੀ ਹੈ, ਗਿਆਨ ਕਿਹੜਾ ਕਿਤੇ ਗਿਆ। ਆਪਾਂ ਕਈ ਵਾਰੀ ਗੱਲ ਕੀਤੀ, ਜਿਨ੍ਹਾਂ ਨੇ ਵੀ ਕੁਛ ਇੱਥੇ ਲਿਖਿਆ ਨਾ, ਕਿੱਥੋਂ ਲਿਖਿਆ? ਇੱਥੋਂ ਹੀ ਲਿਖਿਆ, ਜੋ ਕੁਛ ਹੈ ਬਾਹਰੋਂ ਕੀ ਲਿਖਣਾ। ਜਿਨ੍ਹਾਂ ਨੇ ਆਤਮਾ ਬਾਰੇ ਲਿਖਿਆ, ਕਿੱਥੋਂ ਲਿਖਿਆ? ਅੰਦਰ ਹੈ ਆਤਮਾ, ਆਪਣੇ ਅੰਦਰ ਆਪਣੇ ਆਪ ਨਾਲ ਇਕਾਗਰ ਹੋ ਗਏ, ਆਤਮਾ ਬਾਰੇ ਲਿਖਤਾ। ਤਿੰਨ ਚੀਜ਼ਾਂ ਨੇ, ਇੱਕ ਤਾਂ ਸਾਡਾ ਜੀਭ ਬੋਲਦੀ ਹੈ, ਇੱਕ ਮਨ ਹੈ, ਇੱਕ ਹਿਰਦਾ ਹੈ। ਕਈ ਵਾਰੀ ਜੋ ਜ਼ਬਾਨ ਬੋਲ ਰਹੀ ਹੁੰਦੀ ਹੈ ਮਨ ਨਹੀਂ ਬੋਲਦਾ ਹੁੰਦਾ, ਸਿਰਫ ਮਨ ਬੋਲ ਰਿਹਾ ਹੁੰਦਾ ਹੈ। ਕਈ ਵਾਰੀ ਜ਼ਬਾਨ 'ਚੋਂ ਬੋਲੇ ਸ਼ਬਦਾਂ ਦਾ ਅਤੇ ਬੁੱਧੀ ਦਾ ਆਪਸ ਵਿੱਚ ਸੰਬੰਧ ਨਹੀਂ ਹੁੰਦਾ, ਪਰ ਬੋਲਣੇ ਪੈਂਦੇ ਨੇ ਕਈ ਵਾਰੀ। ਜੋ ਕੁਛ ਮਨ ਬੋਲਦਾ ਹੁੰਦਾ ਹੈ ਦਿਲੋਂ ਨਹੀਂ ਉਹ ਬੋਲਦਾ ਹੁੰਦਾ। ਮਨ ਸਿਰਫ ਰਾਜਨੀਤੀ ਦੇ ਤਹਿਤ ਕਿਸੇ ਨੂੰ ਕਹੇ ਤੁਸੀਂ ਬੜੇ ਵੱਡੇ ਹੋ, ਤੁਸੀਂ ਬੜੇ ਪਰੋਪਕਾਰ ਕੀਤੇ ਨੇ, ਕਿਉਂ ਉਹਦੀ ਖੁਸ਼ਾਮਦੀ ਕਰ, ਦਿਲੋਂ ਨਹੀਂ ਕਹਿੰਦਾ ਹੁੰਦਾ। ਜਿਸ ਦਿਨ ਇਹ ਕਿਤੇ ਤਿੰਨੇ ਇੱਕ ਹੋ ਜਾਣ, ਮਨ ਸਾਡੀ ਜੋ ਰਸਨਾ ਬੋਲ ਰਹੀ ਹੈ ਉਹ, ਅਤੇ ਕਿਤੇ ਹਿਰਦਾ, ਜੋ ਮਨ ਵਿੱਚ ਹੈ ਉਹੀ ਦਿਲ ਵਿੱਚ ਹੋਏ। ਪਰ ਅਸਲ ਦੇ ਵਿੱਚ ਮਨੁੱਖ ਦੇ ਮਨ ਵਿੱਚ ਕੁਛ ਹੋਰ ਹੁੰਦਾ ਹੈ, ਦਿਲ ਵਿੱਚ ਕੁਛ ਹੋਰ ਹੁੰਦਾ ਹੈ। ਗੁਰਬਾਣੀ ਕਹਿੰਦੀ ਹੈ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਜੇ ਕਿਤੇ ਇਹ ਤਿੰਨ ਇਕੱਠੇ ਹੋ ਜਾਣ, ਇਹਨੂੰ ਕਹਿੰਦੇ ਨੇ ਇਕਾਗਰ, ਇੱਕ ਹੋ ਗਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇਕਾਗਰ ਹੋ ਕੇ ਕਰੋ। ਜਿਸ ਦਿਨ ਕਿਤੇ ਮਨੁੱਖ ਇਕਾਗਰ ਹੋ ਜਾਏ, ਔਰ ਇਹ ਇਕਾਗਰ ਤਿੰਨੇ ਉਦੋਂ ਹੁੰਦੇ ਨੇ ਜਦੋਂ ਬੁੱਧੀ ਨਿਰਮਲ ਹੋ ਗਈ, ਫਿਰ ਜੋ ਕੁਛ ਇਹ ਸੁਣ ਰਿਹਾ ਉਹਨੂੰ ਦਿਲ ਵੀ ਐਕਸੈਪਟ ਕਰਦਾ ਹੈ। ਇਸ ਕਰਕੇ ਮਹਾਰਾਜ ਜਪ ਜਪ ਕੇ ਬਾਣੀ, ਨਾਮ ਜਪ ਜਪ ਕੇ, ਪੂਰੀ ਉਹਨਾਂ ਕੋਲ ਸਾਰੀ ਸਮਰੱਥਾ ਹੈ, ਸਾਰਾ ਗਿਆਨ ਉਹਨਾਂ ਕੋਲ ਹੈ। ਮਹਾਰਾਜ ਜੀ ਦੇ ਵਾਕ ਸੁਣ ਕੇ ਉਹਨਾਂ ਨੂੰ ਸ਼ਰਧਾ ਆ ਗਈ। ਸ਼ਰਧਾ ਧਾਰਨ ਕਰਕੇ ਗੁਰੂ ਰਾਮਦਾਸ ਜੀ ਜਿਹੜੇ ਦੋਸ਼ੀ ਨਹੀਂ ਹਨ, ਅਦੋਸ਼ ਨੇ, ਉਹ ਚੱਲ ਪਏ ਹਨ। ਸਵੇਰੇ ਮਹਾਰਾਜ ਰਾਤ ਨੂੰ ਆਪਣੇ ਘਰ ਚਲੇ ਗਏ ਲਾਹੌਰ 'ਚ, ਅਤੇ ਸਵੇਰੇ ਉੱਠਦੇ ਹੀ ਅਕਬਰ ਦੇ ਦਰਬਾਰ ਵਿੱਚ ਚਲੇ ਗਏ ਹਨ। ਅਕਬਰ ਨੇ ਜਦੋਂ ਵੇਖਿਆ ਉਹਨਾਂ ਦੇ ਵੱਲੋਂ, ਗੁਰੂ ਅਮਰਦਾਸ ਜੀ ਦੇ ਵੱਲੋਂ ਨੁਮਾਇੰਦੇ ਦੇ ਰੂਪ ਵਿੱਚ ਗੁਰੂ ਰਾਮਦਾਸ ਜੀ ਪਹੁੰਚ ਗਏ ਨੇ, ਉਸਨੇ ਜਿੰਨੇ ਵੀ ਜਿਹੜੇ ਉੱਥੇ ਲੈ ਕੇ ਗਏ ਸਨ ਦਰਖਵਾਸ, ਸਾਰਿਆਂ ਨੂੰ ਬੁਲਾ ਲਿਆ ਹੈ।
अपर लोक अर सब उमराव मिले इकट्ठे हुए तिस थाव। होर भी लोकी ओ भी आए, होर भी लोकी जिन्ने भी उत्थे अहल कर सन सारे ही उत्थे इकट्ठे हो गए हन। सबद संग अकबर ने कहयो कौन खोट इन मोह तुम लयो। हुण कारवाई शुरू हो गई। अकबर हुण पहला उन्हां नूं पुछदा है, कहिंदे इह दसो तुसीं इन्हां विच किहड़ी खोट वेखी है, पहला इन्हां दा कसूर तुसीं दसणा करो। जिस पर कर पुकार सब आए अपनो धर्म कहो समझाए। हुण तुसीं अपना धर्म दसो, तुसीं किहड़ी चीज़ चाहुंदे हो, समझा के सारे दा सारा सभा विच दसणा करो। दिल खतरी पंडित बिच कई मकसर अगण जत है जेई। कई विच जिहड़े अपने आप नूं वड्डे कहाउण वाले लोग, अपने आप नूं जाति दे वड्डियां जातियां दे कहाउण वाले ईरखा दे नाल गुरू जी नाल सड़ रहे हन। सो बोले इन खत्री जात अपनो पंथ करियो बखियात। कहिंदे ने इन्हां दी जात खत्री है, गुरु रामदास जी दी। कहिंदे इन्हां दी जात ते खत्री है पर इन्हां अपना आडी पंथ चला लिया। ये खत्रियां वाला काम क्यों नहीं करते जिन्हां दा काम ही युद्ध करना है। कहिंदे इन्हां ने अपना मार्ग ही अलग चला लिया है। वेद रीत को त्यागण करियो औरे मत अपनो पर चुरियो। इन्हां ने ये हिंदू धर्म च पैदा होए अपनी रीत ही छड़ दित्ती, इन्हां ने तो होर ही मत चला लिया है। अपर बात को कहनी कहा हिंदू धर्म गायत्री महा। ये कहिंदे ने ये हुण गायत्री मंत्र नहीं पढ़ते, ये तो रब का ही नाँ लेंदे ने। हुण उन्हां नूं ये नहीं पता भी वह भी रब का नाँ है, वह भी हुण वह कह रहे ने भी ये वो मंत्र नहीं पढ़ रहे, ये अपना ही कोई जाप करी जाते हैं। सो पी रहे जाने रहे जपै गुरबाणी कुछ और थपै। ये तो कोई होर ही गुरबाणी रची जाते ने, हुण उन्हां नूं समझ नहीं आ रही गुरबाणी। कहिंदे ये वो गल नहीं करते, ये होर ही कोई गुरबाणी रची जाते हैं। तब अकबर ने इन दिस देखा गायत्री तुम धर्म विसेखा। फिर गुरु रामदास जी वल वेख्या अकबर ने, तो कहिंदा है भी हाँ जी दसो तुहाडे धर्म दे विच जिहड़ी गायत्री मंत्र है ये महान है। सो पी पठी न तुमने कैसे हिंदू धर्म खत्री किम है से। कहिंदे तुसीं उहदा पाठ ते कदी करदे नहीं, ये कह रहे ने भी तुसीं उहनां दा पाठ नहीं करदे, फिर तुसीं खत्री हिंदू धर्म दे किवें होए। रामदास गुर बचन संभारा पूजा दाहिनी दिशा निहारा। हुण गुरु रामदास जी ने नालों नाल गुरु जी दे बचनां नूं याद कीता ते अपनी सज्जी बांह वल नूं वेख्या है। सब विद्या प्राप्त पी ऐसे चिरंकाल पठ पावे जैसे। नालों नाल उन्हां नूं सारी विद्या याद आ गई, एवें लगदा जिवें बड़े समा इन्हां ने विद्या पढ़ के याद कीती होए। बोले रामदास संग शाहू पठे गायत्री तुम हम तुम बाहू। गुरु रामदास जी कहन लगे केड़ी गल है, असीं तुहानूं गायत्री पढ़ के सुना दिंदे आ, सानूं केड़ा नहीं आउंदी। ਕਹਿੰਦੇ ਅਸੀਂ ਤੁਹਾਡੇ ਸਾਹਮਣੇ ਹੀ ਪੜ੍ਹ ਦਿੰਦੇ ਹਾਂ। ਅਰਥ ਸਮੇਤ ਸੁਣਾਵੇ ਸਾਰੀ ਜੋ ਆਸ਼ੈ ਹੈ ਤਾਹੇ ਬਜਾਰੀ। ਮਹਾਰਾਜ ਜੀ ਕਹਿੰਦੇ ਪੜ੍ਹਨ ਦੀ ਕਾਹਦੀ ਗੱਲ ਹੈ, ਮੈਂ ਤਾਂ ਅਰਥਾਂ ਸਮੇਤ ਸੁਣਾ ਦਿਆਂਗਾ, ਜੋ ਇਹਨਾਂ ਦੇ ਮਨ ਦੇ ਵਿੱਚ ਮਨਸ਼ਾ ਹੈ ਸਾਰੇ ਦੇ ਸਾਰੇ ਅਰਥ ਕਰਕੇ ਵੀ ਮੈਂ ਸੁਣਾ ਦਿਆਂਗਾ। ਸਭ ਕੇ ਬੀਚ ਪਾਠ ਤਿਸ ਪੜੇ ਪਾਪ ਪੁੰਨ ਸਭ ਇਨ ਸਿਰ ਚੜੇ। ਮਹਾਰਾਜ ਕਹਿੰਦੇ ਇਹਨਾਂ ਨੂੰ ਤੁਸੀਂ ਬਿਠਾ ਲਵੋ, ਸਾਰੇ ਗਾਇਤਰੀ ਮੰਤਰ ਦਾ ਪਾਠ ਅਤੇ ਅਰਥਾਂ ਸਮੇਤ ਮੈਂ ਹੁਣੀ ਕਰਕੇ ਸੁਣਾਉਂਦਾ ਹਾਂ। ਇਮ ਕਹੇ ਢੁੱਲ ਕੀਸ ਇਸ ਪਾਤ ਸਕਲ ਅਰਥ ਕੋ ਕਹੇ ਬਖਿਆਤ। ਐਵੇਂ ਕਹਿ ਕੇ ਮਹਾਰਾਜ ਜੀ ਨੇ ਉਹ ਸਾਰੇ ਦਾ ਸਾਰਾ ਪਾਠ ਹੀ ਸੁਣਾ ਦਿੱਤਾ, ਔਰ ਐਸੇ ਅਰਥ ਸੁਣਾਏ ਨੇ ਉਹ ਸੁਣ ਸੁਣ ਕੇ ਵੇਖ ਰਹੇ ਹਨ। ਓਕਾਰ ਉਚਾਰਨ ਕਰਿਓ ਫਿਰ ਮਹਾਰਾਜ ਜੀ ਨੇ ਓਂਕਾਰ ਦੀ ਧੁਨੀ ਉਚਾਰੀ, ਇਵੇਂ ਓਂਕਾਰ ਦੀ ਧੁਨ ਜੁੜੇ ਹੋਏ ਨੇ ਅੰਦਰੋਂ, ਓਂਕਾਰ ਦੀ ਐਸੀ ਤੁਹਾਨੂੰ ਉਚਾਰੀ ਹੈ ਮਾਨੋ ਇਵੇਂ ਲੱਗਦਾ ਜਿਵੇਂ ਹਵਾ ਵੀ ਖੜੀ ਹੋ ਗਈ ਹੋਏ। ਕਿਉਂਕਿ ਜਦੋਂ ਜੁੜਿਆ ਹੋਇਆ ਬੋਲਦਾ
उसकी आवाज दे विच एक अलग ही कशिश होती है जिहड़ा अंदरों अते बाहरों एक है उसके आवाज दे विच गुरबाणी उही है सारे उन्हों पढ़ते ने पर पढ़न पढ़न विच फर्क है। हुण मुख दे नाल ते सारे ही पढ़ते ने पर मुख नाल पढ़ लैंदा उहदा मन नहीं उन्हों कह रहा हुंदा। इस करके गुरु नानक साहब जी ने जेड़े जेड़े भी ये सारे शब्द ने किसी ना किसी प्रथाए ते उचारे ने। हुण उही शब्द है गुरु नानक साहब उचारदे ने कोडा रक्ष कोडा तो भाई कोडा बन जाता है बदल जाता है सज्जन ठग सज्जन भाई सज्जन बन जाता है शब्द तो उही है। हुण उही शब्द नूं अज कोई पढ़े नहीं कोई बदलता कारण की है गुरु नानक साहब पढ़ रहे ने वो एक लय विच ने जुड़े हुए ने अंदरों बाहरों एक ने जिवें बोलते ने अगले नूं सारा कुछ समझ आई जाता है अंदर एक कशिश है। हुण जो अज पढ़ता वह बद्धा रुचा पढ़ता है जिवें वह पढ़ रहे उन्हूं इन्नी समझ ही है नहीं ना उहदा कोई प्रेम है। इस करके जदों जिहड़ा भी मंत्र मनुख जपदा है जपदिया जपदिया उहदे अंदर भाव पैदा हो जाता है उहदे प्रति जिवें मनुख वाहिगुरू जप रहा जपदिया जपदिया एक दिन ऐसा आएगा उहनूं इह जिहड़ी सृष्टि है इहदे विच सब को अचरजता ही विखणी शुरू हो जाएगी चारे बने उन्हों अचरज ही विखेगा उन्होंने अपनी शरीर में भी अचरजता विखे क्यों वाहे वाहे कहिंदा है कमाल है परमात्मा कमाल है हे परमात्मा तेरी कमाल है वाहेगुरू कही जाता है। हुण जदों भगत कबीर जी राम राम कहिंदे ने राम राम कहिंदे उन्हों सारी सृष्टि में राम विखण लग पिया कहिंदिया कहिंदिया ज्यों ज्यों मनुख जपना शुरू करता है शुरू शुरू च ते नहीं हौली 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 चलदियां उहदे अंदर भाव पैदा हो जांदे ने एकदम ते नहीं हुंदे आरंभता किसी भी चीज़ की करनी पैंदी है पर ज्यों ज्यों आरंभता हुंदी है चलदियां 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 अगे जिहड़ी अवस्था है वह बदलती रहिंदी है। पहला पहला मनुख की चाल कीड़ी वर्गी हुंदी है उतों वड्डी चाल बन जांदी है ज्यों ज्यों मनुख अगे सुरत दे लैवल ते पहुँचदा उदों चाल होर भी पंछी जिवें बन जांदी है उडारी लम्मी मारती है सुरत तो फिर हुण पहला शुरू शुरू दे विच थोड़ा जा पता लगता उवें तो फिर सुरत बहुत अगे चली जाती है तो मनुख नूं खंडा ब्रह्मंडा का भी इत्थे बैठे ही खंडा ब्रह्मंडा का भी ज्ञान हो जाता है। पत्थर मृगल तहां होए गए सुन सब लोक विवस्ते पए एवें लगता है जदों गुरु रामदास जी ने ओंकार शब्द उचारिया इवें लगता जिवें पत्थर ने वह भी पिंगल गए ने पत्थर भी इवें लगता है जिवें वह कोमल हो गए हैं। द्रव्यो सोमन सब को तिस्कार तुषण पौड़त कीर विसार कहिंदे सारिया दा जिहड़े वह भी बैठे ने जिन्हें भी फरियादी ने सारिया दा मन द्रवत हो गया नालों नाल नीवी पा के चुप करके बैठ गए हैं। शीतल हृदय भए सब केर प्रगति प्रीत रहे मुख हेर सारयां दे हिरदे शांत हो गए उन्हां दे मन विच प्रीत प्रगट होई सारे दे सारे गुरु साहिब जी दे मुख वल वेखदे हन। अचर चरे चर अचर पए जब ਐਵੇਂ ਲੱਗਦਾ ਜਿਹੜੇ ਨਾ ਚੱਲਣ ਵਾਲੇ ਨੇ ਉਹ ਚੱਲਣ ਲੱਗ ਪਏ ਹੁਣ ਔਰ ਜਿਹੜੇ ਚੱਲ ਰਹੇ ਨੇ ਉਹ ਰੁਕ ਗਏ ਹੁਣ ਐਸੀ ਜਿਹੜੀ ਅਵਸਥਾ ਗੁਰੂ ਸਾਹਿਬ ਜੀ ਦੇ ਬੋਲਣ ਕਰਕੇ ਹੋ ਗਈ ਹੈ। ਅਕਬਰ ਅਤ ਪ੍ਰਸੰਨ ਹੋਏ ਗਏ ਸਬਦ ਸੁਣਾਏ ਬਖਾਨਤ ਪਇਓ ਅਕਬਰ ਵੀ ਪ੍ਰਸੰਨ ਹੋਇਆ ਤੇ ਉਹ ਪ੍ਰਸੰਨ ਹੋ ਕੇ ਸਾਰਿਆਂ ਨੂੰ ਕਹਿੰਦਾ ਹੈ ਪਰਮੇਸ਼ਰ ਦਰਵੇਸ਼ ਜੇ ਦੋ ਨਹੀਂ ਭੇਦ ਇੱਕੋ ਏ ਸੋ ਕਹਿੰਦਾ ਭਾਈ ਇਹ ਤੇ ਪਰਮੇਸ਼ਰ ਦੇ ਦਰਵੇਸ਼ ਨੇ ਇਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਵੀ ਫਰਕ ਨਹੀਂ ਹੈ। ਇਨ ਸੋ ਸਭਤਾ ਤੁਮ ਹੋਏ ਨਾਹੀ ਇਹ ਸੱਚੇ ਤੁਮ ਮਿਥਿਆ ਵਾਹੀ ਕਹਿੰਦਾ ਤੁਸੀਂ ਇਹਨਾਂ ਦੀ ਬਰਾਬਰੀ ਨਹੀਂ ਕਰ ਪਾਓਗੇ ਤੁਸੀਂ ਤੇ ਉੱਤੋਂ ਉੱਤੋਂ ਬੋਲਦੇ ਹੋ ਤੁਸੀਂ ਤੇ ਪੜ੍ਹ ਰਹੇ ਹੋ ਵੇਦਾਂ ਨੂੰ ਆਪਣੇ ਰੋਟੀ ਤੇ ਰੁਜ਼ਗਾਰ ਲਈ
उत्तों उत्तों पढ़ते हो, जे तो कोई पैसा दे देता वो खुश हो जाते हो, सारा दिन लोगों दियाँ जेबां तकनिया ने, जे तो कोई विश परमेशर से विश्वास है नहीं, जे तो कोई दे देता खुश हो जाते हो, जे कोई नहीं देता उन्हें गालां कढ़ते हो, कहते तुसी इन्हां दी कित्थे बराबरी करोगे। ये तो जो कुछ बोल रहे ने वो दिलों ही बोलते हैं। वेद पुराण कहो इन करो तुम कहे दे मातर में थियो। अकबर भी सियाना सी, उन्हें पढ़िया होया सी, कहिंदे मैनू इवें लगता है जेड़े वेदा दी तुसी गल कर रहे हो असल कहा तो यह मन रहे ने, वेदा का रब का प्रचार तो यह कर रहे ने, वेद भी कहिंदे रब का ना जपो, कहते असल क्या तो यह कर रहे हैं, मैं इवें लगता तुम तो उत्तों उत्तों बोली जाते हो, सिर्फ पढ़ते हो, मत दियाँ चतुराइयां कट्ठियां कर लिया ने लोगों फसाने के लिए और कम नहीं कर रहे। इस करके गुरबाणी में महाराज ने बड़ी बड़ी बरी किया, कहते पढ़ पढ़ गड्डी लद्दी है, पढ़ पढ़ भरी है साथ, मनुख पढ़ी जाता है पढ़ के भी अज तक मन नहीं बदलिया, क्यों? जेड़ी चीज़ पढ़ी है उन्हूं कीता ही नहीं कदे। गुरु बार बार कहिंदा नाम जप ते जपिया ही नहीं, अज तीं बदलेगा किवें? जदों तीं हुकम ते चलेगा ही नहीं, गुरु दे शब्द ते तुरेगा ही नहीं, फिर मंजिल किवें? सब तो पहली गल ते ए है, तुरना पैंदा है, सुन के मनना पैंदा है, जे सुनी गया मन्या नहीं फिर किसी भी उपाधि उत्ते मनुख नहीं पहुँचता है। कहते एवें इन्होंने अमल किया है, तुसी केड़ियां मात्रा में टिके हुए हो, इन्हां दे तुहाडे सामने सारे ही अर्थ कर दिते हन। कहते इस विच कोई प्रश्न होए तो करो, जे तुहानूं हजे भी कोई शक है करो, नहीं इन्हां नूं कहिंदे नमस्कार करो, हुण तुसीं सारे झूठे हो, हुण उन्हां ने कोई प्रश्न नहीं किया। गुरु साहब ने ऐसे कि जदों सतपुरख बोलदे ने निरुत्तर ही कर देंदे ने, क्योंकि संतन की सुण साची साखी, सो बोल है जो पेखे आखी, वो कोई पढ़ के थोड़ी ना बोलदे ने, उन्हां ते जो कुछ वेख रहे ने जप रहे ने वेख रहे हैं, सारा कुछ वेख ही जाते ने, बोली जाते ने, एक ने पढ़ना है दिमाग में समझना है टकाना है, फिर वो भार बन जाए होमे सतसंगत। एक गल होर भी है, ज्यों ज्यों मनुख जपी जाता है ना, उवें उवें वो आप छोटा हो जाता, रब वड्डा हो जाता है, ज्यों ज्यों मनुख रब तो दूर है ना, आप ही वड्डा हो जाता, होमे च रब छोटा हो जाता है। आप जी कहोगे भी एक ही गल है, ज्यों ज्यों मनुख नाम जपता है ना परमेश्वर का, उहदा ध्यान करता है, इहनू अपने औगुण नज़र आउंदे ने, रब दे गुण नज़र आने शुरू हो जाते हैं परमात्मा दे, फिर परमात्मा नू बड़ा वड्डा नज़र आउंदा है। जिवें सुकरात कहिंदा सी, कहिंदे शुरू शुरू धर्म दे राह ते तुरिया, लोकां नू कहना मैनू बड़ा कुछ पता है, मैनू पुछ लिया करो जे नहीं कुछ आउंदा, थोड़ा जा होर अगे गया, मैं लोगों नू क्या पता तो मैनू है, सारा कुछ नहीं पता पर थोड़ा थोड़ा पता है, कहिंदा हुण मैं बजुर्ग हो गया, धर्म दे राह ते अगे आ गया, मैं हाथ खड़े करते ने, मैनू रब बारे कुछ भी नहीं पता।